हाँ जी बिस्मिल्लाह रहमान रहीम अस्सलाम वालेकुम मेरे तमाम बहन भाइयों, उम्मीद करने ठीक ठाक हो, सजित थे रहो, खुश रहो, आबाद रहो, मुस्कुराते रहो, ते तुहाडियां दुआवां दे नाल असीं ठीक ठाक हां। शुक्र अल्लाह पाक हर तरह मत करे, हर बच्चा अल्लाह पाक तंदुरुस्ती देवे, सेहत देवे, जिंदगी देवे, माह रमजान दे नेक महीने दे सदके ते असीं ना हुण अग्गे च रोज़ रखे ने, ते हुण ना गर्मी साडे नी लाके चौखी हो गई है, ते रोज़ इन्हां नहीं रखी ने, क्योंकि तंदूर बनी रोटियां पकाइनी है, मैं जल्दी निकलदी इत्थे तो कर लईए ते मुड़ कोई होर करसा। बिलाल माई अजे सुता पे आंदे रोटियां ला ली चुले चाह बन जासे थापियां सिनियां आग बढ़दी नहीं पई एडी मैं कह बच्चा भी नाश्ता करा के मुड़ कोई होर कारोबार कर सा मेहनत मजदूरी करनी जेड़ा आंदे उस भैणा भरा भी नेते ही भी कहने साडा कारोबार ही है ये की करे नाल ना मैं रोटियां ही लाई खाई हूं तंदूर बाल गया तो मैं कह बता है ना मक्खन वाली रोटियां तंदूर से पाक जांदी हैं बड़ी सोणी आ गए माशाल्लाह शुक्र अल्लाह पाक ने तजा बहन भरा रोटी साडे खाने हो तंदूर जी बेस मिला के खा सकदा ना दही ना सब खावणियां। अस्सलाम वालेकुम, की हाल चाल ने भैणा भाईओ, ते ए वी शुक्र है रब दा जात दा जिहड़ी आ असीं दही ना खांदे पए आ। हां किसे दही ना किसे मराच कोट लई ना गुंजाए, मराच भी साडी कुट्टी होई है, ते लस्सी दही मिले तो होर की चाहिदा, ते साडे पेंडुआं बंदियां वास्ते लस्सी दही इंज है, इस तो नेमत होर इलावा है ही कोई ना, ते अल्लाह ਤਾਨੂੰ ਹੀ ਤਫੀਕ ਦੇਵੇ ਖਾਵਾਂ ਦੀ, ਪਰ ਤੂੰ ਸਾਡ ਮੁੱਲ ਆ ਕੇ ਖਾਵਣੀ ਹੈ, ਰੋਟੀਆਂ ਪਕਾ ਲਿਆਂ ਤੇ ਬਿਲਾਲ ਨੂੰ ਖਾਂਦੀ ਪਿਆਗੀ ਹੁਣ ਤੈਨੂੰ ਨਾਲ ਬਿਲਾਲ ਕਰਾਂ ਸਲਾਮ ਲੋ ਬਿਲਾਲ। ਹਾਂਜੀ ਰੋਟੀਆਂ ਪਕਾਈਆਂ ਤੇ ਦੋਆਂ ਬੱਚਿਆਂ ਤਾਂ ਖਾ ਲਈਆਂ ਨੇ ਸੁਨੈਨ ਤੇ ਲਿਸ਼ਬਾ, ਤੇ ਮੈਂ ਰੋਟੀ ਪਕਾ ਕੇ ਰੱਖੀਆਂ ਚਾਂ ਪਏ ਰੋਟੀ ਬਿਲਾਲ ਮਾਂ ਨੂੰ ਖਵਾਈਸਾਂ, ਤੇ ਉਸ ਬਾਅਦ ਰੋਟੀ ਮੈਂ ਖਾਵਣੀ ਹੈ ਨਾ ਮੈਂ ਲਾਗ ਪੰਦਾ ਹੈਗਾ। ਤੇ ਸ਼ੁਕਰ ਅੱਲਾ ਪਾਕ ਹਰ ਦੇ ਬੱਚਿਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਜ਼ਿੰਦਗੀ ਦੇਵੇ, ਤੇ ਕਿਸੇ ਦੇ ਬੱਚਿਆਂ ਨੂੰ ਕੁਛ ਨਾ ਹੋਵੇ, ਹੁਣ ਅੱਲਾ ਭਾਵੇਂ ਵੱਡਾ ਸਾਰਾ ਹੋਗਾ, ਮੈਨੂੰ ਵੀ ਸ਼ੁਕਰ ਹੈ ਉਹਦੀ ਜ਼ਾਤ ਦਾ, ਇਹਨੂੰ ਖਵਾਉਣਾ ਪਿਵਾਉਣਾ ਸਾਰਾ ਪੀ ਆਪਣੇ ਹੱਥ ਨੇ ਸੁਣਾ ਹੀ ਖਾਣਾ ਭਾਵੇਂ ਇਤਨੀ ਦੇਰ ਭੁੱਖਾ ਵਿੱਚ ਮੈਂ ਰੋਟੀ ਭਾਲੇ ਨੂੰ ਸੋਈ ਨਹੀਂ ਪਾਵਾਂ ਭਾਈ ਹੋਰਾਂ ਲਾਇਆ ਹੋਇਆ ਹੈ ਇਸ ਤਰੀਕੇ ਫਸਲ ਨੂੰ ਮਤਲਬ ਖੁਰਾਕ ਦਿੰਦੇ ਨੇ ਰੰਗ ਦੇ ਵਿੱਚ ਜਿਹੜੀ ਨਾ ਖਾਦ ਪਾਈ ਹੈ ਉਸ ਤੋਂ ਬਾਅਦ ਨਾਲ ਹੀ ਇਹਦੇ ਆਏ पानी है इन जरा ना मतलब ये हल हुई हुई है दूसरी जड़ी है ना वो चीज़ तुम दिखा रहे हैं नाल जुनारी ड्रिंक है नाल इस्तेमाल कर रहे हैं क्योंकि कणक का दाना जड़ा ना वो थोड़ा जा मोटेपे च आ जाता जे अगर ये चीज़ा इस्तेमाल ना करिए तो मुड़ो बरीक दाना रहा क्योंकि जिमीदार इतनी खुराक के बजाए ਉਹਦਾ ਕਾਫੀ ਸਾਰਾ ਨੁਕਸਾਨ ਹੋ ਜਾਂਦਾ ਹੈ ਤੇ ਇਹਨਾਂ ਦਾ ਜ਼ਿੰਮੇਦਾਰ ਦੇ ਪੱਲੇ ਆਈ ਸ਼ਾਇਦ ਮੈਂ ਪੁੱਛੋ ਤਾਂ ਕੋਈ ਨਾ ਤੇ ਆਹ ਨਾਲ ਖਾਦ ਹੈ ਜਿਹੜੇ ਸੋਨਾ ਜੋਰੀਆ ਤੁਹਾਨੂੰ ਵਿਖਾ ਰਹੇ ਹਾਂ ਤੇ ਆਹ ਖਾਦ ਹੈ ਤੇ ਹੁਣ ਆਖੋ ਕਿ ਪਤਾ ਨਹੀਂ ਖਬਰ ਹੈ ਜਿਹੜਾ ਇਹਨਾਂ ਵਿੱਚ ਮਿੱਟੀ ਪਈ ਹੋਈ ਹੈ ਜਾਂ ਕੀ ਚਾਹੇ ਆਹ ਖਾਦ ਹੈ ਤੇ ਮਾਸ਼ਾਅੱਲਾ ਉੱਤੋਂ ਹੁਣ ਸਾਡੇ ਪਾਸੇ ਰੂਟੀਨ ਹੈ ਜਿਹੜਾ ਖੁਰਾਕ ਦਿੰਦਾ ਹੈ ਉਹ ਜਾਂ ਇਸੇ ਤਰ੍ਹਾਂ ਰਲਦਾ ਗਰੀਬ ਬੰਦੇ ਦਾ ਸਾਡੀ ਇਹ ਰੂਟੀਨ ਹੈ ਵੀ ਅੱਠਵਾਂ ਹਿੱਸਾ ਲਾ ਲੈਂਦੇ ਹਾਂ ਕੋਈ ਦਸਵਾਂ ਹਿੱਸਾ ਲਾ ਲੈਂਦਾ ਚਲੋ ਉਹਦੇ ਬੱਚਿਆਂ ਦੇ ਵੀ ਰੋਜ਼ੀ ਜਿਹੜੀ ਨਾ ਉਹ ਸਰਕਟ ਚੱਲ ਜਾਂਦਾ ਵੀ ਬੱਚੇ ਦੇ ਜਿਹੜੇ ਨਾ ਉਹ ਭਾਈ ਹੋਰ ਕਮਾਉਂਦੇ ਨੇ ਅਤੇ ਜਨਾਲ ਹੀ ਅੱਗੇ ਜਨਾਲੇ ਆਪਣਾ ਹਿੱਸਾ ਵੰਡ ਲੈਂਦੇ ਨੇ ਦੂਸਰਾ ਮਾਲਕ ਲੈ ਲੈਂਦਾ ਹੈ ਮਾਲਕ ਹੁਣ ਇਸ ਜਿਹੜਾ ਹਿੱਸੇ 'ਤੇ ਬੰਦਾ ਰੱਖਿਆ ਹੋਇਆ ਉਸ ਨੂੰ ਸਿਰਫ ਹਿੱਸਾ ਦੇਣਾ ਕਿਉਂਕਿ ਉਸ ਹੋਰ ਚੀਜ਼ ਉਹਨਾਂ ਦੇ ਕੋਲ ਗੁੰਜਾਇਸ਼ ਹੀ ਨਹੀਂ ਹੈ ਉਹ ਹੋਰ ਕਿਸੇ ਚੀਜ਼ ਇਸ ਇਸਤੇਮਾਲ ਕਰੇ
ਇਸੇ ਰੀਤੇ ਇਸਤੇਮਾਲ ਹੁੰਦੀ ਹੈ। ਜਿਸ ਤਰ੍ਹਾਂ ਤੁਹਾਨੂੰ ਡਰੰਮ 'ਚ ਵਿਖਾਇਆ ਹੈ ਉਹ ਹੁਣ ਪਾਣੀ ਨਾਲ ਚੱਲ ਰਿਹਾ ਉਹਦਾ ਥੋੜ੍ਹਾ ਥੋੜ੍ਹਾ ਜਿਤਨਾ ਕਿ ਜ਼ਰੂਰਤ ਦੇ ਮੁਤਾਬਿਕ ਹੈ ਬਈ ਜਿਹੜੀ ਅਸਾਂ ਫਸਲ ਨੂੰ ਇਹ ਖਾਦ ਜਾਂ ਜ਼ੈਂਕ ਅਸਾਂ ਇਸਤੇਮਾਲ ਕਰਨੀ ਹੈ ਉਤਨੀ ਉਹ ਪਾਣੀ ਦਾ ਹਿਸਾਬ ਤੁਸੀਂ ਵੇਖ ਸਕਦੇ ਨੇ ਉਤਨਾ ਉਹਨਾਂ ਪਾਣੀ ਛੱਡਿਆ ਹੋਇਆ ਅਤੇ ਇਹ ਹਿਸਾਬ ਹੁੰਦਾ ਹੋਰ ਇਹਦੇ ਵਿੱਚ ਇਤਨੀ ਖਾਸ ਬੱਚਤ ਕੋਈ ਨਹੀਂ ਕਿਉਂਕਿ ਜ਼ਿੰਮੇਦਾਰ ਨੂੰ ਜਿਹੜਾ ਨਾ ਬਿੱਲ ਕਾਫੀ ਆ ਜਾਂਦੇ ਨੇ ਵਿਚਾਰਿਆਂ ਨੂੰ ਵਾਹਵਾਹੀ ਆ ਜਾਂਦੀ ਹੋਰ ਮਸਲੇ ਕਾਫੀ ਵਿੱਚ ਆ ਜਾਂਦੇ ਨੇ ਅਤੇ ਆਖਿਰ 'ਤੇ ਜਾ ਕੇ ਉਹ ਮੁਕਦਰਾਂ ਦੀ ਖੇਡ ਇਸਤੇਮਾਲ ਮਤਲਬ ਉਹਦਾ ਰੋਜ਼ੀ ਦਾ ਵਸਾਇਲ ਕਿਸ ਤਰ੍ਹਾਂ ਬਣਦਾ ਉਹ ਰੱਬ ਦੀ ਰਾਤ ਨੂੰ ਪਤਾ ਹੈ ਕਿਉਂਕਿ ਇਹਦੇ ਵਿੱਚ ਫਸਲ ਖਰਾਬ ਹੀ ਹੋ ਸਕਦੀ ਹੈ ਕੋਈ ਆਖੀ ਨਹੀਂ ਜਾਂਦੀ ਵੀ ਇਸੇ ਤਰ੍ਹਾਂ ਫਸਲ ਰਹੇਗੀ ਇਹ ਨਹੀਂ ਆਖੀ ਜਾਂਦੀ ਪਰ ਸ਼ੁਕਰ ਹੈ ਰੱਬ ਦੀ ਰਾਤ ਦਾ 24 ਘੰਟੇ ਅਦਾ ਕਰਨਾ ਚਾਹੀਦਾ ਹੈ ਕਿਉਂਕਿ ਹਰ ਦੇ ਬੱਚਿਆਂ ਨੂੰ ਮਤਲਬ ਤੰਦਰੁਸਤੀ ਦੇਵੇ ਅਤੇ ਇਹ ਜੁਨਾਲੀ ਸਾਡੀ ਫਸਲ ਚਾਵਣ ਦੀ ਉਹਨਾਂ ਨੂੰ ਤਫੀਕ ਦੇਵੇ ਮੈਂ ਇਹ ਬਣਾ ਬ੍ਰਹਮਾ ਕਿ ਮੈਂ ਆਖਿਆ ਵੀ ਚਲੋ ਅੱਜ ਬਣਾ ਬ੍ਰਹਮਣ ਇਹ ਵਿਖਾ ਲਈਏ ਹੁਣ ਆਹ ਪਾਣੀ ਹੈ ਜਿਹੜਾ ਨਾਲ ਖਾਲੇ 'ਚ ਆਇਆ ਹੋਇਆ ਅੱਗੇ ਭਾਈ ਹੋਰਾਂ ਤੁਹਾਨੂੰ ਵਿਖਾਨੇ ਹਾਂ ਉਹਨਾਂ ਵਿਚਾਰਿਆਂ ਲਾਇਆ ਹੋਇਆ ਅਤੇ ਇਹ ਵੀ ਵਿਚਾਰਾ ਮਜ਼ਦੂਰ ਹੈ ਅਤੇ ਬੜੀ ਮਿਹਰਬਾਨੀ ਹੁੰਦੀ ਜਿਹੜਾ ਇਸ ਤਰ੍ਹਾਂ ਮਤਲਬ ਸਰਕਾਰ ਚੱਲਦਾ ਦੂਸਰਾ ਪਾਣੀ ਹੈ ਅਤੇ ਇਸ ਤਰੀਕੇ ਇਹਦੇ ਵਿੱਚ ਹੱਲ ਕਰਨੀ ਹੈ ਆਹ ਤੁਹਾਨੂੰ ਹੱਲ ਦਾ ਤਰੀਕਾ ਵੀ ਦੱਸ ਰਹੇ ਹਾਂ ਇਹਦੇ ਵਿੱਚ ਜ਼ੈਂਕ ਖਾਦ ਇਹ ਇਸਤੇਮਾਲ ਹੈ ਅਤੇ ਦੂਸਰਾ ਪਾਣੀ ਦੀ ਰਫਤਾਰ ਇਤਨੀ ਇੰਨਾ ਛੱਡੀ ਹੋਈ ਹੈ ਇਸ ਰੀਤੇ ਖਾਲੇ ਦੇ ਵਿੱਚ ਪਾਣੀ ਜਾਂਦਾ ਪਿਆ ਅਤੇ ਅੱਗੇ ਫਸਲ ਨੂੰ ਜਿਹੜਾ ਨਾ ਆਹ ਪਾਣੀ ਬਾਈ ਔਰ ਜੁਨਾਲੀ ਗੱਤ ਰਹੇ ਨੇ ਆਹ ਜ਼ੈਂਕ ਹੈ ਅਤੇ ਇਹਨਾਂ ਦੀ ਮਿਹਰਬਾਨੀ ਹੈ ਮੁੜ ਉਸ ਆਖਿਆ ਬੱਚਿਆਂ ਦੀ ਰੋਜ਼ੀ ਕਿਸ ਤਰ੍ਹਾਂ ਗਰੀਬ ਬੰਦਾ ਕਮਾ ਸਕਦਾ ਅਤੇ ਕਿਸ ਤਰ੍ਹਾਂ ਤਰੀਕਾਕਾਰ ਹੈ ਨਾਲ ਕਿਹੜਾ ਹੈ ਨਾ ਮੇਰੇ ਮੰਮੇ ਦਾ ਪੁੱਤ ਕਿਹੜਾ ਹੈ ਨਾ ਉਹ ਆ ਗਿਆ ਨਾਲ ਆ ਗਿਆ ਅਤੇ ਸਾਡੀ ਵੀਡੀਓ ਲਾਈਕ ਕੀਤਾ ਕਮੈਂਟ ਕੀਤਾ ਕਰੋ ਸ਼ੇਅਰ ਕੀਤਾ ਕਰੋ ਅਤੇ ਸ਼ੁਰੂ ਤੋਂ ਲੱਗ ਆਖਰ ਤੱਕ ਵੀਡੀਓ ਸਾਡੀ ਜ਼ਰੂਰ ਵੇਖੀ ਕਰੋ ਤਲਾ ਤਲਾ ਤੁਹਾਡੇ ਵਿੱਚ ਨਾ ਤਾਂ ਰੁੱਤ ਦੇਵ ਸਿਹਤ ਦੇਵ ਜ਼ਿੰਦਗੀ ਦੇਵੇ ਅਤੇ ਆਦੋ ਲੋਕ ਲੈਣੇ ਜ਼ਿਆਦਾ ਅੱਲਾ ਹਾਫਿਜ਼।